ਇਹ ਕੁੱਤਾ ਜੇ ਮਾਰਿਆ ਕਿਉਂ ਨਹੀਂ, ਆਦਨ ਹਯਾ ਕਰ, ਇਹ ਤਾਂ ਉਹ ਇਨਸਾਨ ਹੈ ਜਿਹੜਾ ਸਾਰੀ ਖਬਰਗੀਰੀ ਕਰਦਾ ਹੈ, ਜਿਹੜਾ ਸਭ ਨੂੰ ਲੰਗਰ ਦਿੰਦਾ ਹੈ। ਇਹ ਤਾਂ ਬੜਾ ਕਰੀਮ ਹੈ ਸਾਡਾ ਛੇਵਾਂ ਇਮਾਮ ਹੈ। ਇਸ ਫੌਜੀ ਤੌਰ ਤੇ ਨਾ ਗੱਲ ਬਦਲਾਈਏ, ਮੌਲਾ ਤੁਸੀਂ ਕਿਉਂ ਆ ਗਏ ਹੋ? ਮੌਲਾ ਫਰਮਾਇਆ ਤੂੰ ਮੈਨੂੰ ਗ੍ਰਿਫਤਾਰ ਕਰਕੇ ਕੈਦ ਕਰਕੇ ਮੰਗਵਾਇਆ, ਆ ਜਾ ਵੰਜੋ ਆਰਾਮ ਗਾਹ ਵਿੱਚ ਆਰਾਮ ਕਰੋ। ਆਓ ਮੈਂ ਬੈਠੇ ਆ ਗਈ, ਇਮਾਮ ਨੂੰ ਜ਼ਹਿਰ ਮਿਲ ਗਈ। ਮੈਂ ਕਿਤਨੀ ਆਸਾਨ ਨਾਲ ਕਿ ਜ਼ਹਿਰ ਮਿਲ ਗਈ ਤੇ ਤੁਸਾਂ ਸਿਰ ਬਾਬਾ ਜੀ ਆਦਰ ਵੱਡੇ ਅਰਮਾਨ ਹਕੀਕਤ ਵੱਡੇ ਅਰਮਾਨ ਜਿਹੜੇ ਬੈਠ ਤੇ ਦੁਆ ਪੂਰੀ ਹੋ ਗਈ। ਮੈਂ ਬੈਠ ਪੜਨਾ ਚਾਹਨਾ, ਜ਼ਹਿਰ ਮਿਲ ਗਈ, ਇਮਾਮ ਕਾਜ਼ਮ ਨਮਾਜ਼ ਪੜ੍ਹਾਈ, ਇਹਦੇ ਪਿਓ ਨੂੰ ਸਹਾਰਾ ਦਿੱਤਾ ਤੇ ਹੌਲੇ ਹੌਲੇ ਆਦੇ ਅੱਲਾ ਮੈਂ ਯਤੀਮ ਅੱਲਾ ਇਹ ਪਿੰਨੀ ਹੋਈ ਖੈਰਾਤ ਹੈ, ਪਿੰਨੀ ਹੋਈ ਖੈਰਾਤ ਹੈ ਅੱਲਾ ਮੈਂ ਯਤੀਮ ਅੱਲਾ ਘਰ ਆਇਆ ਧੀਆਂ ਬਿਸਤਰ ਬਣਾਏ, ਇਮਾਮ ਲੇਟ ਗਏ ਭਾਪ ਬਲਦੀ ਹੈ, ਬਜ਼ੁਰਗ ਪੜ੍ਹਦੇ ਪਏ ਨੇ ਕਿਹੜੀ ਜ਼ਹਿਰ, ਮੈਂ ਦੱਸੋ ਜ਼ਹਿਰ ਕਿਹੜੀ ਹੈ। ਉਹਨਾਂ ਸਾਰੀ ਹਕੀਕਤ ਦੱਸੀ ਲੇਕਿਨ ਨਾਮ ਨਹੀਂ ਚਾਇਆ, ਜ਼ਹਿਰ ਦਾ ਨਾਮ ਹੈ ਜ਼ਹਿਰ ਹਿਲਾਹਤ। ਬਾਬਾ ਜੀ ਮੈਂ ਆਪ ਪੜ੍ਹੇ ਇਹ ਉਹ ਜ਼ਹਿਰ ਆਈ, ਉਲਮਾ ਤੋਂ ਸੁਣੇ ਇੱਕ ਕਤਰਾ ਸਮੁੰਦਰ ਸੱਜਿਆ ਜਾਏ 13-13 ਮੀਲ ਦੇ ਫਾਸਲੇ ਤੇ, ਸਾਰੇ ਜਾਨਵਰ ਮਰ ਵੈਸੇ ਜ਼ਮੀਨ ਫਟ ਵੈਸੀ, ਮੇਰੇ ਇਮਾਮ ਨੂੰ ਉਹ ਜ਼ਹਿਰ ਮਿਲੀ ਏ ਅਜ਼ਾਦਰ ਸਾਰਿਆਂ ਤੋਂ ਨਿੱਕੀ ਦੀ ਜਨਾਬ ਫਾਤਿਮਾ ਜਿਹੜੀ ਪਿਓ ਦੇ ਸੀਨੇ ਤੇ ਸਮਦੀ ਆਈ, ਰੋ ਰੋ ਕੇ ਆਖੇ ਨਾ ਫਾਤਿਮਾ ਮੇਰੇ ਸੀਨੇ ਤੇ ਸੁੱਤਾ ਕਰ, ਲੇਕਿਨ ਇਹ ਲੱਗ ਨਾ ਬਣੇ ਮੇਰੀ ਦੀ ਉਹ ਸਾਡੇ ਖਾਨਦਾਨ ਦੀ ਇੱਕ ਸੈਯਦ ਲਾਦੀ ਜਿਹਦਾ ਨਾਮ ਸਕੀਨਾ, ਉਹ ਵੀ ਬਾਬੇ ਦੇ ਸੀਨੇ ਤੇ ਸਮਦਿਆ, ਜਿਹੜੇ ਵੇਲੇ ਸ਼ਾਮ ਗਰੀਬ ਆਈ ਆਦੀ ਆਈ ਬਾਬਾ ਤੇਰੇ ਕਾਤਲਾ ਦੀਆਂ ਧੀਆਂ ਪੰਗਾਂ ਤੇ ਸੁੱਤੀਆਂ ਪਈਆਂ, ਬਾਬਾ ਨਰਮ ਬਿਸਤਰਿਆਂ ਤੇ ਸੁੱਤੀਆਂ ਹੋਈਆਂ, ਆਦੀ ਆਈ ਮੈਨੂੰ ਨੀਂਦਰ ਨਹੀਂ ਬਾਬਾ ਤੇਰੇ ਨਾਖਨਾਂ ਦਾ ਰੰਗ ਕਾਲਾ ਥੀਂਦਾ, ਬਾਬਾ ਤੇਰੇ ਮੂੰਹ ਚੋਂ ਖੂਨ ਕਿਉਂ ਜਾਰੀ ਹੋ ਗਿਆ, ਬਾਬਾ ਦੀਨ ਦੱਸ ਤੈਨੂੰ ਕਿਹਾ ਹੈ। ਕੁਛ ਦਿਨ ਬਹਿਮੈਂ ਦੇ ਦੌਰ ਪਈਏ, ਇਮਾਮ ਮੂਸਾ ਕਾਲਮ ਦੇ ਗਲ ਚ ਬਾਈ ਪਾਈਆ ਵੇ ਵੀਰ ਆਦਰ ਬਾਬੇ ਦੀ ਹਾਲਤ ਵੇਖ, ਲੋਕਾਂ ਦੀ ਕਿਆ ਹੈ ਗੱਲ ਕਿਹੜੀ ਆਦੀ ਹੈ, ਸਾਰੀ ਔਲਾਦ ਜਮਾ ਹੋ ਗਈ
پہلے دسے نا وڈی دھی دا مزاج میری آلیہ حسین زینب والا ہے وہ اپنے حجرے چ بیٹھی ہے دائی نوڑیے ہاتھ جوڑ کے آئی ہے حسین تین تیرے بابے یاد کیتا ہے اکل مار کے آئی ہے دائی جتھا بابے کول وجنا ہے چوکھا نہ بننا ہے ہاتھ جوڑ کیا دی سائل بمشکل نو قدم اکل مار کیا دی باوے نو قدم کنا تالا میں صادق دی دھیلا یہ بھی بڑی پردہ دار آئی ایسا مزاج آئی دکھا نہ دو گل مک گئی آگی بابے دے کول چپ کر کے بہ گئی فرمائے فروا جیوے میرا کہنو کچھ نہ خیال آئی امام بابا دردا پیا سید اجازت نے سکی میں پڑھا ہے جملہ حکل مار کا دل دھی میری ایک حسرہ تھی ہول ہولے آجی بابا حکم کرو آگنا جی میرا آخری میل ہے پینٹ سال زندگی پوری ہوگی حسرت آج میں نو اپنے ویڑے ویچ دور کے دکھا میں دیاں قربان کرا حق مردے نا پیون ہوا کھیا پیون میں یا کھیا دائی کو آ دیئے میرے باب میں نو تو آ دھیران دے سامنے شرم دے میں کینے تو را میں نو مولا دکھا سامنے چلو مقام گا دور پائی دکھائے میں نو دسے نا چھوٹے بھیرا دا مزاج جناب عباس والا ہے میری پاک سین نے پہلا قدم چاہے جناب علی اور دنا بٹھے میری سین نے دوجا قدم چاہے چھوٹے بھیرا دے دوویں ہاتھ جگر تے آ گئے جنا ماتم تے میں تیسرا قدم چاہے رہ نہیں سکیا دور پیا ہے ستویں امام دے سامنے آ کے ہاتھ جو قدم نہ توڑو یتیم ہو گئی جنا کے
ਦੀ ਪਿਉ ਦੀਆਂ ਬੰਦ ਅੱਖਾਂ ਨਾ ਵੇਖੇ ਬਾਬਾ ਜੀ ਪਿਉ ਨਾਲ ਨਾਈ ਬੋਲੇਂਦੀ ਅੱਜ ਬੰਦ ਅੱਖੀਂ ਡਿੱਠੀਆਂ ਨਾ ਤੇ ਬਾਬੇ ਤੇ ਛਣ ਪਈਏ ਇਹ ਪਿਉ ਦੇ ਪਾਸੇ ਵੇਖ ਕੇ ਗੱਲ ਕਰੀ ਆ ਦੀਏ ਬਾਬੇ ਨੂੰ ਆ ਦੀਏ ਬਾਬਾ ਖੋਲ ਤੂੰ ਅੱਖੀਆਂ ਤੂੰ ਵੇਖ ਮਕੀਰ ਜੁੜਦੀਆਂ ਸ਼ਰਮ ਕਰਦੇ ਯਾਰ ਸ਼ਰਮ ਕਰਦੇ ਉਹ ਧੀਆਂ ਦੇ ਪਰਦੇ ਹੋਣੇ ਅੱਲਾ ਭਾਵੇਂ ਜਵਾਨੀਆਂ ਮਾਰੋ ਜਵਾਨੀਆਂ ਮਾਰੋ ਬਿਸਮਿਲਾ ਬਿਸਮਿਲਾ ਹੁਣ ਇੱਕ ਵਾਰ ਮੈਨੂੰ ਦਿਖਾਏ ਜਨਾਜ਼ਾ ਤਿਆਰ ਹੋਏ ਕੀਮਤੀ ਤਰੀਨ ਕਫਲ ਪੁੱਤਰਾ ਪਵਾ ਜਿਹੜੇ ਵੇਲੇ ਜਨਾਜ਼ਾ ਤਿਆਰ ਹੋਇਆ ਇਮਾਮ ਸਾਦਿਕ ਦਾ ਪਾਪ ਜਨਾਜ਼ਾ ਤਿਆਰ ਹੋਇਆ ਨਾ ਜਿਹੜੇ ਵੇਲੇ ਭੈਣਾਂ ਦੀ ਹਾਲਤ ਵੇਖੀਏ ਇਮਾਮ ਕਾਜ਼ਮ ਇਸ਼ਾਰਾ ਕੀਤਾ ਤੁਹਾਨੂੰ ਲਿਖਿਆ ਪੁੱਤਰਾ ਪਿਓ ਦਾ ਜਨਾਜ਼ਾ ਚਾਹੇ ਚਾਹ ਕੇ ਪਹਿਲਾ ਕਦਮ ਚਾਹੇ ਦੂਜਾ ਕਦਮ ਚਾਹੇ ਅਜਾ ਤੀਸਰਾ ਕਦਮ ਮੁਕੰਮਲ ਨਾ ਹੀ ਚਾਹਿਆ ਮੇਰੀ ਪਾਕ ਸੈਨ ਫਰਵਾ ਬੀਬੀ ਦੌੜੀਏ ਫਿਰਾ ਦੇ ਸਾਹਮਣੇ ਆ ਕੇ ਇਮਾਮ ਫਿਰਾ ਦੇ ਸਾਹਮਣੇ ਆ ਕੇ ਬਾਬਾ ਜੀ ਜ਼ਿੰਦਗੀ ਚ ਪਹਿਲੀ ਵਾਰ ਭਾਈ ਯਾਰ ਹੱਥ ਜੋੜ ਕੇ ਆ ਜੇ ਮੈਂ ਯਤੀਮਾ ਜਨਾ ਖੈ ਮੈਂ ਯਤੀਮਾ ਇਮਾਮ ਨਾ ਮਾਰ ਜਦ ਆਖਣਾ ਕਿਆ ਚਾਹੀਏ ਗੱਲ ਕਰੀ ਜਾਂਦੀ ਹੈ ਇੱਕ ਵਾਰ ਕਫਨ ਦੇ ਬੰਦ ਖੋਲੇ ਹੱਥ ਚੁੰਮਦੀ ਕਹਿੰਦਾ ਬਾਬੇ ਦੀ ਡਹਰੀ ਚੁੰਮਦੀ ਅੱਜ ਬਾਬਾ ਜਨਾਜ਼ਾ ਤੇਰਾ ਇਸ ਵਾਸਤੇ ਰਖਵਾਏ ਇੱਕ ਗੱਲ ਦਾ ਜਵਾਬ ਚਾਹੀਦਾ ਗੱਲ ਕਰੀ ਆ ਜੀਏ ਆਹ